ਕੁਮਾਰ, ਇੱਕ ਸਕਸੈਨਾ, ਇੱਕ ਸ਼ਰਮਾ, ਇਹਨਾਂ ਨੂੰ ਪਹਿਲਾਂ ਵੀ ਅਸੀਂ ਗੱਲ ਪਹੁੰਚਾਈ, ਇਹਨਾਂ ਸਾਡੀ ਗੱਲ ਨਹੀਂ ਮੰਨੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਹੁਣ ਬੱਕਰੀਆਂ ਦਾ ਕੀਤਾ, ਬਾਈ ਜੀ ਕੁਛ ਬੋਲਣਾ ਚਾਹੀਦਾ ਇਹਨੂੰ, ਦੱਸਦਾ ਜੀ ਵਿੱਚੋਂ, ਆਹ ਸਾਰੇ ਸਾਡੇ ਕੋਲ ਪ੍ਰੂਫ ਹੈ। ਇਹਨਾਂ ਨੇ ਬੱਕਰੀਆਂ ਦਿੱਤੀਆਂ ਇੱਥਾਂ ਪਿੰਡਾਂ ਦੇ ਵਿੱਚ, ਇੱਕ ਪਿੰਡ ਦੇ ਵਿੱਚ 10 ਬੱਕਰੀਆਂ ਦਿੱਤੀਆਂ ਇਹਨਾਂ ਨੇ। ਬੱਕਰੀ ਇਹਨਾਂ ਨੇ 2200 ਦੀ ਲਈ, 2500 ਦੀ ਲਈ, ਤੇ ਗਾਂ ਇਹਨਾਂ ਨੇ 5500 ਰੁਪਇਆ ਖਾਇਆ, 5500 ਰੁਪਇਆ ਖਾਧਾ ਇਹਨਾਂ ਨੇ ਇੱਕ ਇੱਕ ਬੱਕਰੀ ਮਗਰੋਂ। ਤੇ ਟੋਟਲ ਜਿਹੜੀਆਂ ਬੱਕਰੀਆਂ ਸੀ 80 ਬੱਕਰੀਆਂ ਦਾ ਤੁਸੀਂ ਬਣਾ ਲਓ। ਫਿਰ ਇਹਨਾਂ ਨੇ ਜਿਹੜਾ ਆਪਣਾ ਵਰਮੀ ਕੰਬੋਜ ਹੀ ਪੈਸੇ ਕੀ ਨਾਮ ਸੀ, ਵਰਮੀ ਕੰਬੋਜ ਇਹਨਾਂ ਨੇ ਬਣਾਇਆ, ਉਹਦੇ ਖਰਚਾ ਆਇਆ 14,000 ਰੁਪਇਆ ਟੋਟਲ ਸਾਰੀ ਲੇਬਰ ਪਾ ਕੇ। ਤੇ ਇਹਨਾਂ ਨੇ ਗਾਂ ਖਰਚਾ ਪਾਇਆ 20,100। ਫਿਰ ਇਹਨਾਂ ਨੂੰ ਇੱਕ ਵਾਅਦਾ ਕੀਤਾ ਗਿਆ ਸੀਗਾ ਕਿ ਤੁਹਾਨੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ 20 ਤੋਂ ਲੈ ਕੇ 25-30 ਤੱਕ ਤੁਹਾਨੂੰ ਜਿਹੜੇ ਗਡੋਇਆਂ ਦੀ ਖੇਤੀ ਦਿੱਤੀ ਜਾਊਗੀ। ਉਹ ਗਡੋਏ ਮੈਂ ਕਹਿੰਦਾ ਜਦੋਂ ਮੈਂ ਜਾ ਕੇ ਵੇਖੇ, ਮਾਮੂ ਨੇ ਮੈਥੋਂ ਡੱਗੀ ਵੀਡੀਓ ਪਾਈ ਸੀ, ਤੇ ਗਡੋਏ ਮੈਂ ਜਾ ਕੇ ਇੱਥੇ ਵੀ ਵੇਖਿਆ ਵੀ ਗਡੋਏ ਆ ਫਿਰਦੇ ਜਿਹੜੇ 30-30 ਫੁੱਟ ਦੇ ਸੱਪ ਫਿਰਦੇ ਹੁੰਦੇ ਆ, ਵੀ ਸਾਨੂੰ ਵੇਖ ਕੇ ਜਿਹਦੀ ਵੀ ਗਡੋਏ ਉਹਦੇ ਵਿੱਚ ਕੀ। ਮੈਂ ਕਹਿੰਦਾ ਨਾ ਵੇਖਣ ਚੱਕ ਨੂੰ ਦਿਲ ਨਹੀਂ ਕਰਦਾ ਜਿਹੜਾ ਵਿੱਚ ਕਫਲਾਬਾਜ਼ੀ ਕਰ ਰਹੇ ਆ। 6 ਤਰੀਕ ਨੂੰ ਇਹ ਮਾਹੂਆਂ ਨੇ ਆਏ, ਮਾਹੂਆਂ ਨੇ ਇਹਨਾਂ ਨੇ ਕੀ ਸੀ, ਕੈਂਪ ਲੱਗਿਆ ਸੀ ਦਵਾਈ ਦਾ, ਪਸ਼ੂਆਂ ਦੀ ਦਵਾਈ ਸੀ ਜਿਹੜੇ ਕਹਿੰਦੇ ਦਵਾਈ ਨੇ, ਇਹਨਾਂ ਨੇ ਸਿਰਫ ਸਾਈਨ ਕਰਾਇਆ, ਮੇਰੇ ਗਵਾਹ ਕਰਿਆ ਇਸ ਟਾਈਮ ਖਾਲੀ ਆ, ਰਜਿਸਟਰ ਥੱਲੇ ਖਾਲੀ ਸੀਗਾ, ਐ ਰਜਿਸਟਰ ਖਾਲੀ, ਇਹਨਾਂ ਨੇ ਸਾਈਨ ਕਰਵਾ ਲਏ, ਇਹ ਦਵਾਈਆਂ ਗਾਂ ਪਾਉਣਗੇ। ਹੁਣ ਵੇਖੋ ਕਿੰਨੇ ਦੀ ਪਾਉਂਦੀ ਆ, ਲਾਉਂਦੇ 20,000 ਰੁਪਇਆ ਪਾਪੀਆਂ ਦਿੰਦੇ ਆ, ਬੜਾ ਇਹਨਾਂ ਨੇ ਪੈਸਾ ਖਾ ਚੁੱਕੇ ਆ। ਸਾਨੂੰ ਸ਼ਰਮਿੰਦਗੀ ਆਉਂਦੀ ਆ ਦੱਸਦਿਆਂ ਨੂੰ ਵੀ ਇਹੋ ਜਿਹਾ ਕੁਛ ਕਰ ਰਹੇ ਆ। ਇਹਨਾਂ ਨੇ ਬੱਕਰੀਆਂ ਦਾ ਪੈਸਾ ਖਾਧਾ, ਵਰਨੀ ਕੰਬੋਜ ਚੋਂ ਪੈਸਾ ਖਾਧਾ, ਫਿਰ ਇਹਨਾਂ ਨੇ ਹੋਰ 2-3 ਸੀ ਜਿਹੜੇ ਮੇਰੇ ਕਪੜੇ ਮਾਰੇ, ਖਾਲਿਆਂ ਦੇ ਵਿੱਚੋਂ ਹਾਂਜੀ ਅੱਠਾਂ ਪਿੰਡਾਂ ਵਿੱਚ ਖਾਲਿਆ, ਇੱਕ ਪਿੰਡ ਵਿੱਚ 5 ਕਿੱਲਿਆਂ ਦਾ ਖਾਲਾ ਪਾਉਣਾ। ਉਹ ਜਿਹੜਾ ਮਿਸਤਰੀ ਸੀ ਮਾਹੂ ਉਹਨੇ ਕਿਹਾ, ਕਹਿੰਦਾ ਬਾਈ ਜੀ ਅਸੀਂ ਖਾਲਾ ਕਹਿੰਦਾ 47,000 ਚ ਤਿਆਰ ਕਰਦੇ, ਤੁਸੀਂ ਖਾਲਾ ਕਿੰਨੇ ਚ? ਇਹਨਾਂ ਨੇ ਕਿਹਾ 73,000 ਰੁਪਇਆ ਪਾਇਆ। ਹੁਣ 5 ਕਿੱਲੇ ਬਣਨੇ ਆ ਖਾਲੇ, ਇੱਕ ਪਿੰਡ ਦੇ ਵਿੱਚ 8 ਪਿੰਡਾਂ ਦਾ ਪੈਸਾ, ਤੁਸੀਂ ਇਹ ਬਣਾ ਲਓ। ਤੇ ਜਦੋਂ ਅਸੀਂ ਮਾਹੂ ਨੇ ਹਿਸਾਬ ਤਾਂ ਮੰਗਿਆ, ਮੇਰੇ ਕੋਲ ਇਸ ਟਾਈਮ ਗਵਾਹ ਖੜੇ ਬਾਈ, ਉਹਨਾਂ ਨੇ ਕਿਹਾ ਵੇਖੋ ਤੁਹਾਡੇ ਸਾਈਨ ਆ, ਸਾਨੂੰ ਜਿਹੜਾ ਦਿਓ ਸਾਨੂੰ ਜਿਹੜੇ ਬਿੱਲ ਆ। ਉਹ ਕਹਿੰਦਾ ਮੇਰਾ ਸਾਈਨ ਹੈ ਨੀ ਬਾਈ ਜੀ, ਮੁੱਕਰਿਆ ਸੀ ਕਿ ਨਹੀਂ ਮੁੱਕਰਿਆ ਦੱਸਿਆ, ਇਹ ਮੁੱਕਰ ਗਿਆ ਵੀਡੀਓ, ਆਪ ਵੀ ਲਾਈਵ ਤੇ ਪਵਾਈ ਹੋਈ ਆ, ਤੁਸੀਂ ਉਹ ਵੇਖ ਸਕਦੇ ਆ। ਇਹ ਸਾਈਨ ਉਹਦਾ ਸੋਹਰਾ, ਬਾਈ ਨੇ ਨਾਂ ਪੁੱਛਿਆ ਤੇਰਾ ਨਾਂ ਕੀ ਆ, ਕਹਿੰਦਾ ਮੇਰਾ ਨਾਂ ਅਰੁਣ ਕੁਮਾਰ ਆ। ਫਿਰ ਕਹਿੰਦੇ ਆ ਸਾਈਨ ਕਿਹਦੇ ਆ, ਕਹਿੰਦਾ ਸਾਈਨ 420 ਚ ਕੀਤੇ ਗਏ, ਜਦੋਂ ਉਹਨੂੰ ਕਹਿੰਦੇ ਸਾਈਨ ਕਰਕੇ ਰੱਖਾ, ਉਹਨੇ ਸਾਈਨ ਨਹੀਂ ਕੀਤੇ, ਇਹਨੇ ਕਹਿੰਦਾ ਬਾਈ ਜੀ। ਉਸ ਤੋਂ ਬਾਅਦ ਜਦੋਂ ਉਹਨਾਂ ਤੋਂ ਸਵਾਲ ਜਵਾਬ ਕੀਤੇ, ਤੇ ਇੱਕ ਮਿਸਤਰੀ ਤੇ ਇੱਕ ਮੁੰਡਾ ਸੀ ਅਕਾਲੀ ਵਾਲੇ ਦਾ, ਜਿਹਦੇ ਤੋਂ ਇਲਜ਼ਾਮ ਲਾਉਣ ਲੱਗ ਗਿਆ ਤੇ ਉਹਨੇ ਗਾਲੀ ਗਲੋਚ ਕਰਤੀ। ਇੱਕ ਮਿਸਤਰੀ ਸੀ ਜਿਹਨੇ ਉਹਨੇ ਕਿਹਾ ਹਿਸਾਬ ਤਾਂ ਅਸੀਂ ਮੰਗਣਾ ਹੀ ਮੰਗਣਾ, ਉਹ ਤਾਂ ਉੱਥੋਂ ਹਿਸਾਬ ਤਾਂ ਦੇਣ ਦਾ ਮਾਰਾ ਭੱਜ ਗਿਆ ਉੱਥੋਂ। ਇੱਕ ਇਹ ਸੀ, ਇੱਕ ਸ਼ਰਮਾ ਸੀ, ਇੱਕ ਨਾਲ ਇਹਨਾਂ ਦੇ ਹੋਰ ਸੀ, ਕੁੜੀ ਸੀ, ਮੈਨੂੰ ਨਾਂ ਨੀ ਉਹਦਾ ਪਤਾ, ਰਮਨੀਕ। ਫਿਰ ਇਹਨਾਂ ਨੇ ਕੀ ਕੀਤਾ ਬਾਈ ਜੀ, ਵੇਖੋ ਜਿਹੜੀ ਆਹ ਵੀਡੀਓ ਸੀ, ਬਣੀ ਆ ਕਮੇਟੀ, ਅੱਗੇ ਕਿਸਾਨ ਬਹੁਤ ਰੋਈ ਜਾਂਦਾ, ਤੁਸੀਂ ਆਪ ਸਾਰੇ ਖੜੇ ਇੱਥੇ, ਪੈਲੀਆਂ ਹੁੰਦੀਆਂ ਨੀ ਨਾ, ਸਰਕਾਰਾਂ ਨੇ ਖਾ ਲਿਆ। ਦੂਜੇ ਨੰਬਰ ਇਹ ਆ ਗਏ ਪਾਣੀ ਦੀ ਬੜੀ ਹੁੰਦੀ ਆ, ਪਾਣੀ ਪਹੁੰਚਦਾ ਨੀ ਗਾ, ਪਹਿਲਾਂ ਪੈਲੀਆਂ ਜਮੇ ਸੱਤਿਆ ਨਾਸ ਹੈ। ਹੁਣ ਦੂਜਾ ਨੰਬਰ ਇਹ ਆ ਗਏ 20 ਮਾੜਾ ਦੇ ਦਿੰਦੇ ਆ, ਵਿੱਚੋਂ ਫਿਰ ਕਹਿ ਦਿੰਦੇ ਅਸੀਂ ਤੁਹਾਡਾ ਡਿਵੈਲਪਮੈਂਟ ਕਰਾਂਗੇ ਪਿੰਡਾਂ ਦਾ, ਬੜਾ ਡਿਵੈਲਪਮੈਂਟ ਕੀਤਾ ਇਹਨਾਂ ਨੇ, ਡਿਵੈਲਪਮੈਂਟ ਰੂਲ ਨੂੰ ਇਹ ਦੱਸਦੇ ਆ। ਸਕੂਲਾਂ ਦੇ ਵਿੱਚ ਇਹਨਾਂ ਨੇ ਪਿਲਸਰਾਂ ਲਿਆਉਂਦੇ ਜੋ ਕਿ ਸਮਾਨ ਦਿੱਤਾ ਇਹਨਾਂ ਨੇ, 1,000 ਰੁਪਏ ਦਾ ਸਮਾਨ ਲਿਆਉਂਦਾ ਗਾਂ ਇਹਨਾਂ ਨੇ, ਕਿੰਨਾ ਦਾ ਪਾਇਆ ਬਾਈ ਜੀ? 8,000 ਰੁਪਏ ਦਾ, ਜਿਹੜਾ ਸਾਨੂੰ ਇਹਨਾਂ ਨੇ ਡੈਮੋ ਦਿੱਤਾ ਬੀਜ ਬੀਜਣ ਵਾਸਤੇ,
ਨਰਮੇ ਦੇ ਬੀਜ ਬੀਜਾਂਗੇ, ਉਹਦੇ ਦੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਸਾਨੂੰ ਡੈਮੋ ਦਿੱਤੇ ਗਏ ਸੀ ਫਰੀ ਦਿੱਤੇ ਗਏ ਸੀ, ਪਰ ਜਿਹੜਾ ਇਸ ਸਾਲ ਦਾ ਡੈਮੋ ਦਿੱਤਾ ਉਹਦੇ 'ਚ ਇੱਕ ਕਿਸਾਨ ਤੋਂ 700-1400 ਰੁਪਇਆ ਇਹਨਾਂ ਨੇ ਭਰਾਇਆ ਲਿਆ ਗਿਆ, ਜੋ ਕਿ ਜਾਇਜ਼ ਨਹੀਂ ਗਿਆ, ਨਜਾਇਜ਼ ਆ, ਉਹ ਵੀ ਕਾਰਵਾਈ ਕੀਤੀ ਜਾਵੇ। ਫਿਰ ਚੱਲੇ ਆ ਅੱਜ ਜਾਂ ਕੱਲ ਨੂੰ ਜਾਵਾਂਗੇ ਵੀ ਸਾਡਾ ਸੁਣਵਾਈ ਹੋਣੀ ਚਾਹੀਦੀ ਆ। ਬਾਕੀ ਜਿਹੜਾ ਆਹ ਆਪਣਾ ਅਰੁਣ ਨੂੰ ਬਾਹਰ ਕੱਢਿਆ ਜਾਵੇ ਇਸ ਸੰਸਥਾ ਦੇ ਵਿੱਚੋਂ, ਤਾਂ ਕੋਈ ਸੰਸਥਾ ਦੇ ਵਿੱਚ ਨਾਲ ਰੱਖਿਆ ਜਾਵੇ ਤਾਂ ਕਿ ਪੰਜਾਬ ਬਚ ਸਕੇ। ਪੰਜਾਬ ਅੱਗੇ ਬਹੁਤ ਖਾ ਲਿਆ, ਮੰਤਰੀਆਂ ਨੇ ਖਾ ਲਿਆ, ਕੁਛ ਇਹਦੇ ਅਰਗੇ ਆ ਗਿਆ, ਪਤਾ ਨੀ ਕਿੱਥੋਂ ਜੂਠਾ ਖਾ ਕੇ, ਕਿਹੜੇ ਮੰਤਰੀ ਦਾ ਖਾ ਕੇ ਮੈਨੂੰ ਨੀ ਪਤਾ ਇਸ ਗੱਲ ਦਾ। ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਯਾਰਪੀ ਦਾ, ਜਿਹੜੀ ਗੱਲ ਹੋ ਰਹੀ ਸੀ ਸਕੂਲਾਂ ਦੀ, ਸਕੂਲਾਂ ਦੇ ਵਿੱਚ ਇਹਨਾਂ ਨੇ ਯਾਰਪੀ ਦਾ ਸਮਾਨ ਪਾ ਕੇ ਆਹ ਸਾਡੇ ਯਾਰਪੀ ਦਾ ਕਾਂ ਪਾਇਆ। ਬਾਈ ਜੀ ਗੱਲ ਐਵੇਂ ਜੇ ਝੂਠਾ ਤੇ ਮੈਨੂੰ ਦੱਸੋ, ਇਹਨਾਂ ਨੇ ਆਖਿਆ ਵੀ ਯਾਰਪੀ ਦਾ ਸਮਾਨ ਪਾਇਆ। ਫਿਰ ਇਹਨਾਂ ਨੇ ਗਰੀਬਾਂ ਨੂੰ ਬੱਕਰੀਆਂ ਦਿੱਤੀਆਂ, ਬੱਕਰੀਆਂ ਸੁਣੋ ਬੱਕਰੀਆਂ ਕਿਵੇਂ ਦਿੱਤੀਆਂ, ਇੱਕ ਨਾਂ ਦੀ ਬੱਕਰੀ, ਬੱਕਰੀ ਐਡੀ ਨੀ ਹੁੰਦੀ ਆ, ਮੈਂ ਕਹਿੰਦਾ ਜਾਂਦਾ ਜਿਹੜਾ ਲੈ ਲਓ ਛੋਟਾ ਵੱਡਾ ਹੁੰਦਾ। ਇਹਨਾਂ ਨੇ ਐਡੀ ਦੀ ਬੱਕਰੀ ਦਿੱਤੀ, ਕਹਿੰਦੇ ਜੀ ਲਓ ਤਾਂ 500 ਰੁਪਇਆ ਤੁਹਾਨੂੰ ਬੱਕਰੀ ਦਿੱਤੀ ਆ। ਇਹਨਾਂ ਨੇ ਐਡੇ ਐਡੇ ਬਠੋਰੇ ਦੇ ਕੇ ਉਹ ਬੱਕਰੀਆਂ ਪਾਈਆਂ। ਐਸੇ ਪਿੰਡ ਦਾ ਬੰਦਾ ਜੀ ਸੀ ਤਾਂ ਬੱਕਰੀਆਂ ਲੈ ਕੇ ਆ, ਉਹ ਬੱਕਰੀਆਂ ਲੈ ਕੇ ਮਕਾਇਆ, ਉਹਨਾਂ ਨਾਲ 2500-2500 ਰੁਪਇਆ ਸੀ, ਉਹਨੂੰ ਵੀ ਗਾਂ 2200-2200 ਦਿੱਤਾ। ਮੈਂ ਕਿਹਾ ਤੂੰ ਵੀ ਰੇੜਾ ਗਿਆ, ਮੈਂ ਬਾਈ ਦੇ ਨਾਮ ਨਾਲ ਮਿੱਟੀ ਚੱਕ ਹੁੰਦੀ ਸੀਗੀ, ਮਿੱਟੀ ਜੋ ਮੈਨੂੰ ਪਤਾ ਨੀ ਕਿਉਂਕਿ ਬਾਈ ਜੀ ਮੇਰਾ ਆਪਣਾ ਕਿਸਾਨੀ ਦੇ ਵਿੱਚ ਨਹੀਂ ਪਾਲਾ ਹੱਥ ਅੜਦਾ, ਜਿਹੜਾ ਮਿੱਟੀ ਚੱਕ ਆਪਣਾ ਕਰਦੇ ਚੱਕ, ਉਹਦੇ ਵਿੱਚੋਂ ਇਹਨਾਂ ਨੇ ਉਹ ਮਿੱਟੀ ਚੱਕ ਤਾਂ ਫ੍ਰੀ ਹੁੰਦੀ ਆ, ਇਹਨਾਂ ਨੇ ਕਿਹਾ 150-150 ਰੁਪਇਆ ਪਾਇਆ। 50-60 ਹਜ਼ਾਰ 8 ਪਿੰਡਾਂ ਦਾ ਉਹ ਪਾਉਂਦਾ, ਉਹ ਵੀ ਇਹਨਾਂ ਨੇ ਖਾ ਲੈਣਾ। ਵੀ ਦੱਸੋ ਇਹਨਾਂ ਦਾ ਢਿੱਡ ਨੀ ਭਰਦਾ, ਜਿਹੜਾ ਹੁੰਦਾ ਉਹਨੂੰ ਕੁਮਾਰਾ, ਮੈਨੂੰ ਬੜਾ ਫਾਂਸੀ ਲੱਗ ਜਾਏ ਮੈਂ ਸੱਚ ਕਹਿਣ ਤੋਂ ਨੀ ਡਰਦਾ। ਅੱਗੇ ਵੀ ਮੇਰੀਆਂ ਵੀਡੀਓ ਹੁੰਦੀਆਂ ਅਰੁਣ ਕੁਮਾਰ ਦਾ, ਤੁਸੀਂ ਬੈਕ ਵਿੱਚ ਜਾ ਕੇ ਵੇਖੋ ਵੀ ਉਹਦਾ ਬੈਕਰ ਕਿਹੋ ਜਿਹਾ, ਹੁਣ ਵੇਖੋ। ਅੱਜ ਤੋਂ ਸਾਲ ਪਹਿਲਾਂ ਉਹ ਬੰਦਾ ਕਿਰਾਏ ਤੇ ਰਹਿੰਦਾ ਸੀ, ਅੱਜ ਉਹਦੇ ਕੋਲ ਕੋਠੀਆਂ ਪਾਈਆਂ ਤੇ ਅੱਜ ਖੁੱਲਾ ਪੈਸਾ। ਦੱਸੋ ਕਿੱਥੋਂ ਉਹਦੀ ਤਨਖਾਹ ਵੱਧ ਤੋਂ ਵੱਧ 25,000 ਰੁਪਇਆ ਸਾਲ ਹੋ ਗਿਆ ਇੱਕ ਲੱਕੇ ਨੂੰ, ਤੇ 3 ਲੱਖ ਰੁਪਇਆ ਮੰਗਦਾ। ਦੱਸੋ 3 ਲੱਖ ਚ ਕੋਠੀ ਪਊਗੀ ਕਿ ਜਾਂ ਖਾ ਆਊਗਾ? ਬਾਈ ਜੀ ਦੱਸੋ, ਤੁਸੀਂ ਕਿਸਾਨ ਲੋਕ ਆ, 35-35 ਕਿੱਲੇ ਜ਼ਮੀਨਾਂ ਦੇ ਕੋਠੀ ਨੀ ਹਲੇ ਪਾ ਰਹੇ, ਉਹਨਾਂ ਕੋਲ ਕਿੱਥੋਂ? ਦੱਸੋ 3 ਲੱਖ ਚ ਕੋਠੀ ਪੈਂਦੀ ਆ ਤਾਂ ਮੈਂ 6 ਲੱਖ ਰੁਪਇਆ ਇਕੱਠਾ ਕਰਕੇ ਰੱਖਦਾ, ਮੈਂ ਕੋਠੀ ਉਹ ਜੀ ਮੈਨੂੰ ਪਾ ਕੇ ਬਿਠਾਵੇ ਕੋਈ ਨੀ ਮਿਸਤਰੀ। 2.5-3 ਲੱਖ ਰੁਪਇਆ ਮਿਸਤਰੀਆਂ ਦਾ ਖਰਚਾ ਬਣ ਜਾਂਦਾ। ਮੇਰਾ ਡੈਡੀ ਆਪ ਦਿਹਾੜੀਦਾਰ ਮਿਸਤਰੀ ਆ, 3-3 ਲੱਖ ਰੁਪਇਆ 5-5 ਲੱਖ ਰੁਪਇਆ ਮਜ਼ਦੂਰੀ ਬਣ ਜਾਂਦੀ ਹੈ। 3 ਲੱਖ ਦੀ ਦੱਸੋ ਕੋਠੀ ਕਿਵੇਂ ਖੜੀ ਕਰਕੇ, ਉਹ ਵੀ ਸਾਲ ਦਾ ਉਹਦੀ ਇਨਕਮ ਬਣਦੀ ਹੈ ਜਿਹੜੀ ਉਹਨੂੰ ਮਿਲਦੀ ਹੈ ਤਨਖਾਹ। ਇਸ ਕਰਕੇ ਸਾਰੀ ਕਾਰਵਾਈ ਹੋਣੀ ਚਾਹੀਦੀ ਆ, ਜਿੰਨੇ ਬਿੱਲ ਹੈ ਉਹ ਬਿੱਲ ਮਿਲਣੇ ਚਾਹੀਦੇ ਆ। ਉਸ ਤੋਂ ਬਾਅਦ ਬਾਈ ਜੀ ਜਿਹੜੀ ਕੋਈ ਗੱਲਬਾਤ ਰਹਿੰਦੀ ਮੈਨੂੰ ਹੋਰ ਦੱਸੋ। ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਪਿੰਡਾਂ ਦੇ ਵਿੱਚ ਲੇਡੀ ਸੀ ਉਹ ਕੀਤਾ ਸੀਗਾ ਸਿਲਾਈ ਸੈਂਟਰ, ਸਿਲਾਈ ਸੈਂਟਰ ਦੇ ਵਿੱਚ ਉਹਨਾਂ ਨੇ 2-2 ਮੀਟਰ ਕੱਪੜਾ ਦਿੱਤਾ। ਕੱਪੜਾ ਕੀ ਦਿੱਤਾ? 20 ਰੁਪਏ ਮੀਟਰ ਵਾਲਾ ਗਾਂ ਉਹਨਾਂ ਨੇ 80-80 ਰੁਪਏ ਮੀਟਰ ਪਾਇਆ, 90-90 ਰੁਪਏ ਮੀਟਰ ਪਾਇਆ, ਤੇ ਗਾਂ ਨਾਲੇ 5 ਮੀਟਰ ਪਾਇਆ ਦਿੱਤਾ ਉਹਨਾਂ ਨੇ 2-2 ਮੀਟਰ। ਦੱਸੋ ਇਹ ਕਿਹੜਾ ਕਾਨੂੰਨ ਆ? ਫਿਰ ਜਿੱਥੇ ਜਿਹੜੇ ਲੇਡੀ ਸਿਪਾਹੀਆਂ ਉੱਥੇ ਸਿਲਾਈ ਸੈਂਟਰ ਵਾਸਤੇ, ਉੱਥੇ ਕੋਈ ਪੱਖੇ ਦਾ ਇੰਤਜ਼ਾਮ ਨਹੀਂ, ਕੋਈ ਦਰੀ ਦਾ ਇੰਤਜ਼ਾਮ ਨਹੀਂ, ਉਹਨਾਂ ਨੂੰ ਪੈਸਾ ਦੇ ਰਹੀ ਆ ਵਿਕਾਸ ਵਾਸਤੇ, ਫਿਰ ਇਹ ਵਿਕਾਸ ਵਾਸਤੇ ਕਿਉਂ ਨਹੀਂ ਲਊਗੇ? ਉਹ ਤਾਂ ਕਿਸਾਨਾਂ ਨੇ ਜਿਹੜਾ ਆਪਣਾ ਸਕਸੈਨਾ ਵਿਵੇਕ ਸ਼ਰਮਾ ਉਹਨਾਂ ਨੂੰ ਫੋਨ ਲਾਇਆ ਵੀ ਸਾਡੀ ਗੱਲਬਾਤ ਸੁਣੋ। ਬਾਈ ਜੀ ਫੋਨ ਲਾਇਆ ਸੀ ਸਾਰਿਆਂ ਨੇ, ਉਹ ਗੱਲ ਨੀ ਸੁਣਦੇ। ਉੱਤੋਂ ਤੋਂ ਲੈ ਕੇ ਹੱਲੇ ਤੱਕ ਸਾਰੇ ਰਲੇ ਪਏ ਆ, ਪੈਸੇ ਸਾਰੇ ਇਹਨਾਂ ਨੇ ਪੈਸਾ ਖਾ ਚੁੱਕੇ ਆ, ਪੈਸਾ ਬਹੁਤ ਜ਼ਿਆਦਾ ਇਹਨਾਂ ਨੇ ਖਾਧਾ। ਜੇ ਗਿਣ ਲੱਗ ਜਾਈਏ ਤਾਂ ਮੂੰਹ ਦਾ 10 ਬੰਦਿਆਂ ਦਾ ਥੁੱਕ ਮੁੱਕ ਜੇ।
ਇਹਨਾਂ ਨੇ ਇੰਨਾ ਪੈਸਾ ਖਾ ਚੁੱਕੇ ਆ, ਜਿਹੜੀ ਮੇਰੇ ਕੋਲ ਸੱਚ ਆ ਮੈਂ ਸੱਚ ਬੋਲਣਾ ਹੁੰਦਾ, ਇਹਨਾਂ ਨੇ ਉਹਦੇ ਵਿੱਚੋਂ ਪੈਸਾ ਖਾ ਲਿਆ। ਇੱਕ ਹੋਰ ਬਾਈ ਦੋ ਦਿਨ ਮੁੰਡੇ ਮੇਰੇ ਕੋਲ ਆਏ ਸੀ ਲੈ ਕੇ ਆਉਂਦੇ ਕਿਹੜੇ ਉਹ ਤੇ ਬਹੁਤ ਖਾਂਦੇ ਟੂਰ ਤੇ ਲੈ ਕੇ ਜਾਂਦੇ ਆ। ਟੂਰ ਤੇ ਮੈਨੂੰ ਨੀ ਪਤਾ HDFC ਵਾਲੇ ਕਿੰਨਾ ਪੈਸਾ ਭੇਜਦੇ ਉਹਨਾਂ ਟੂਰ ਦਾ, ਪਰ ਜੇ ਉਹਨਾਂ ਨੇ ਟੂਰ ਬਣਾਇਆ ਇੱਕ ਸਿਆਣਿਆਂ ਦੀ ਘਰ ਦਾ ਜਿਹਦੇ ਕਹਿੰਦੇ ਚੁੰਝ ਲੱਗੀ ਉਹਨੂੰ ਚੋਗਾ ਵੀ ਦੇਊਗਾ, ਜੇ ਉਹਨਾਂ ਨੇ ਟੂਰ ਚਲਾਇਆ ਫਿਰ ਖਾਣ ਪੀਣ ਵਾਸਤੇ 12 ਦਿਨ ਤੱਕ ਡੇਢ 200 ਰੁਪਏ ਤਾਂ ਹੋਊਗਾ ਇੱਕ ਬੰਦੇ ਦਾ। ਉਹਨਾਂ ਨੇ ਵੀ ਜਮਾਂ ਜਾਣਦੇ ਆ, ਪਾਣੀ ਦੀ ਕੁੱਖ ਨੀ ਪੁੱਛਦੇ, ਪਾਣੀ ਦੀਆਂ ਲੋਕੀ ਪੈਪਸੀ ਵਾਲੀਆਂ ਬੋਤਲਾਂ ਆਪਦੇ ਨਾਲ ਲੈ ਕੇ ਜਾਂਦੇ ਆ, ਤੇ ਟੂਰ ਤੇ ਲੋਕੀ ਇੱਥੇ ਜਾਣ ਹਟ ਕੇ ਵੀ ਕਹਿੰਦੇ ਕੀ ਮਨਾ ਜੇ ਭੁੱਖੇ ਮਰਨਾ ਘਰੇ ਬਹਿ ਕੇ ਮਰ ਲਈਏ ਨਾ। ਇਹਨਾਂ ਨੇ ਕੰਮ ਨੀ ਕੀਤਾ, ਉਸ ਤੋਂ ਬਾਅਦ ਇਹਨਾਂ ਦੇ ਦੇਖੋ ਸਾਰੇ ਪੈਰ ਚੱਕੀ ਫਿਰਦੇ ਨਾ। ਉਹਨਾਂ ਨੂੰ ਕਿਹਾ ਬਈ ਸਾਨੂੰ ਵਿਖਾਓ ਜਿਹੜਾ ਲਿਖਤੀ ਰੂਪ ਆ, ਬਿੱਲ ਸਾਨੂੰ ਉਹ ਨੀ ਵਿਖਾਉਂਦੇ। ਜਦੋਂ ਮੇਰੇ ਕੋਲ ਮੁੰਡਾ ਇੱਕ 3 ਮਹੀਨੇ ਪਹਿਲਾਂ ਆਇਆ, ਇੱਕ ਬੰਦੇ ਨੂੰ ਦੱਸਿਆ ਮੇਰੇ ਪਿੰਡ ਦੇ ਬੰਦੇ ਨੇ ਵੀ ਕਹਿੰਦਾ ਪਿੰਡ 'ਚ ਘਪਲਾਬਾਜੀ ਬਹੁਤ ਹੋ ਰਹੀ ਆ, ਤੇ ਮੈਂ ਉਸ ਗੱਲ ਨੂੰ ਗੌਲਿਆ ਨੀ। ਮੈਂ ਕਿਹਾ ਹੋ ਸਕਦਾ ਕੋਈ ਮਾੜੀ ਮੋਟੀ 19 ਕੀ ਹੋਵੇ, ਪਰ ਜਦੋਂ ਮੈਨੂੰ 8 ਪਿੰਡਾਂ ਦੀ ਗੱਲ ਪਤਾ ਲੱਗੀ, ਮੈਂ ਪਹਿਲਾਂ ਮਾਊ ਵਾਲੇ ਵਿੱਚ ਵੀਡੀਓ ਪਾਈ, ਆਹ ਪਿੰਡ ਭਾਅ ਵਾਲਾ ਪਾਈ ਸੀ, ਅੱਜ ਭਾਅ ਵਾਲੇ ਪਿੰਡ ਦੇ ਵਿੱਚ ਮੈਂ ਪਹੁੰਚਿਆ, ਅੱਜ ਲੋਕ ਇੱਥੇ ਤਰ੍ਹਾਂ ਤਰ੍ਹਾਂ ਦੇ ਆ ਕੇ ਬੈਠੇ ਆ ਜਿਹੜੇ 8 ਪਿੰਡਾਂ ਦੇ ਵਿੱਚ ਇਕੱਠੇ ਹੋਏ ਆ। ਫਿਰ ਸਾਨੂੰ ਹੋਰ 8 ਪਿੰਡਾਂ ਨੇ ਫੋਨ ਕੀਤਾ ਕਿਉਂਕਿ ਸਾਡੇ ਪਿੰਡ ਵੀ ਆਓ, ਕਿਉਂਕਿ ਕਫਲਾਬਾਜੀ ਬਹੁਤ ਕਰ ਚੁੱਕੇ ਆ। ਜਿਹੜੇ ਆਪਣੀ ਸੰਸਥਾ ਬਣੀ ਆ, ਸੰਸਥਾ ਦੇ ਵਿੱਚ ਮੇਰੇ ਨਾਲ ਦੇ ਵੇਲੇ ਸੀਗੇ ਉਹਨਾਂ ਨੂੰ ਸ਼ਰਤਾਂ ਮਿਲੀਆਂ, ਉਹ ਕਹਿੰਦਾ ਜਿਹੜੇ ਸਾਡੇ ਨਾਲ ਦੇ ਉਹਨਾਂ ਨੂੰ ਮਿਲੀਆਂ ਨੀ ਰਹਿ ਗਏ। ਇਹਨਾਂ ਸ਼ਰਤਾਂ ਦਿੱਤੀਆਂ 20 ਕਿੰਨੇ ਦਿੱਤੀਆਂ ਦਸਾਂ ਜਿਹਨਾਂ ਤੋਂ ਅੱਗੇ ਤੋਂ ਲਵਾ ਲਏ, ਤਾਂ ਮਾਮਾ ਗੁੱਸੇ ਨਾਲ ਲੈ ਕੇ ਭੱਜ ਗਏ ਤੇ ਬਾਈ ਜੀ ਟੈਕੀ ਦੇ ਵਿੰਡੋ ਹੋਰ ਲਵਾ ਲਏ ਸਾਡਾ। ਲੈ ਦੱਸੋ ਜੀ ਇਹ ਕੋਈ ਉੱਥੇ ਸ਼ੋਰੂਮ ਚ ਗਏ ਸੀ ਜਿਹੜਾ ਵੇਖਣ ਵਾਸਤੇ ਗਏ ਸੀਗੇ ਵੀ ਆ ਪਾ ਕੇ ਸ਼ੀਸ਼ੇ ਚ ਵੇਖ ਲਈ ਸੋਹਣੀ ਲੱਗਦੀ ਹੈ, ਬਾਅਦ ਚ ਲਵਾ ਲਈਆਂ। ਇਹਨਾਂ ਨੇ ਸ਼ਰਤਾਂ ਦਾ ਕਬਲਾ ਕਰਤਾ, ਆਹ ਤੁਹਾਡੇ ਸਾਹਮਣੇ ਬਾਈ ਮੁੰਡੇ ਸਿੱਟੀ ਕਹਿੰਦੇ ਬਾਈ ਜੇ ਕੋਈ ਇੱਕ ਦਾ ਹੋਰ ਇਹਨਾਂ ਮੈਨੂੰ ਦੱਸ ਦੋ ਜਿਵੇਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਉਹਨੂੰ ਜਦੋਂ ਕਿਹਾ ਸੀ ਕਿਹਾ ਵੀ ਹਿਸਾਬ ਕਿਤਾਬ ਤੇ ਬਾਈਆਂ ਨੇ ਕਿਹਾ ਭਾਵਾਂ ਭਾਵਾਂ ਪੈਂਦੀ ਸੀਗਾ VDC ਕੰਪਨੀ ਨੇ ਜਦੋਂ VDC ਕਮੇਟੀ ਵਾਲਿਆਂ ਨੇ ਹਿਸਾਬ ਕਿਤਾਬ ਮੰਗਿਆ ਇਹਨਾਂ ਨੇ ਕਹਿੰਦਾ ਸਾਨੂੰ ਗੱਲਬਾਤ ਦੱਸ ਕੇ ਜਾਂ ਚੁੱਪ ਕਰਕੇ ਸਵਿਫਟ ਗੱਡੀ ਵਾਲਿਆਂ ਨੂੰ ਕਿਹਾ ਕਿਰਾਏ ਤੇ ਜਾਂਦਾ ਕਿ ਆਉਂਦੀ ਕੋਠੀ ਪੈ ਜਾਂਦੀ 3 ਲੱਖ ਚ, ਚੰਗੀਆਂ ਪੈਂਟਾਂ ਆ ਜਾਂਦੀਆਂ 3 ਲੱਖ ਚ, ਚੰਗੇ ਬੂਟ ਉਹਦੇ ਵੇਖੇ ਕੰਜਰ ਦੇ 3500 ਰੁਪਏ ਦੇ ਬੂਟ ਪਾਏ। ਸਰਦਾਰ ਜੀ ਨੇ ਉੱਥੇ ਕਹਿੰਦੇ ਨੇ ਕਹਿੰਦਾ ਵੇਖੋ ਕਾਕਾ ਜੀ ਕਹਿੰਦੇ ਤੁਸੀਂ ਮੇਰੇ ਛੋਟੇ ਵੀਰਾਂ ਦੀ ਉਮਰ ਤੇ ਵੀ ਆ, ਛੋਟੇ ਪੁੱਤਰਾਂ ਦੀ ਉਮਰ ਤੇ ਵੀ ਆ, ਕਿ ਸਾਨੂੰ ਹਿਸਾਬ ਕਿਤਾਬ ਦਿੱਤਾ ਜਾਵੇ। ਉਹ ਭਾਈ ਨੇ ਵੀ ਕਿਹਾ ਉਲਟਾ ਪਤਾ ਕੀ ਕਹਿੰਦਾ, ਕਹਿੰਦਾ ਕਿਹੜਾ ਹਿਸਾਬ ਕਿਤਾਬ ਦੇ, ਮੈਂ ਕਹਿੰਦਾ ਤੁਹਾਨੂੰ ਮੈਂ ਸਾਰਾ ਹਿਸਾਬ ਕਿਤਾਬ ਦੇ ਦਿੱਤਾ। ਮੈਂ ਮੂੰਹ ਵੱਲ ਚੱਕ ਕੇ ਮੈਂ ਬੋਲਿਆ ਨੀ, ਮੈਂ ਕਿਹਾ ਪਹਿਲਾਂ ਮੈਨੂੰ ਗੱਲ ਦਾ ਪਤਾ ਲੱਗ ਜਾਂਦੇ ਵੀ ਕੌਣ ਝੂਠਾ ਕੌਣ ਸੱਚਾ, ਫਿਰ ਮੈਂ ਅੱਗੇ ਹੋਊਂਗਾ, ਪਹਿਲਾਂ ਮੈਨੂੰ ਫਾਂਸੀ ਲੱਗ ਜੇ ਮੈਂ ਪੰਜਾਬ ਬਚਾਉਣਾ। ਉੱਦਾਂ ਮੈਂ ਇੱਕ ਵੀਡੀਓ ਵੇਖਣਾ, ਬਾਈਆਂ ਨੂੰ ਕਹਿੰਦਾ ਬਾਈ ਪੰਜਾਬ ਬਚਾ ਲਓ, ਕਿਉਂਕਿ ਸਿਰਫ ਇੱਕ
ਜਿਹੜਾ ਲਾਗੇ ਹੈ ਜਿਹੜੀ ਸੰਸਥਾ ਹੈ ਉਹਨੇ ਵੀ ਰਲ ਦੇ ਵਿੱਚ ਇਹਨਾਂ ਨੂੰ ਵੀ ਤੁਸੀਂ ਗਿਣਤੀ ਦੇ ਵਿੱਚ ਪਾਓ। ਮੈਂ ਕਹਿੰਦਾ ਚੀਫ ਮਿਨਿਸਟਰ ਬਣਿਆ ਪਿਆ, ਗੱਲ ਕਰੋ ਵੀ ਦੱਸੋ ਅਸੀਂ ਚੱਕੋ ਪਿੱਛੋਂ ਮੂੰਹ ਘੁਮਾਈ ਜਾ ਕੇ ਵੀ ਜਾਗੀਏ ਕਿੱਧਰ ਨੂੰ ਅਸੀਂ। ਇਹਨਾਂ ਨੇ ਕੁੱਤੀ ਸੇਕੇ ਤੇ ਬਿਠਾ ਛੱਡੇ ਇਹਨਾਂ ਨੇ, ਜਿਹਨਾਂ ਨੂੰ ਸਹਾਫਤਾਂ ਮੰਗਦੇ ਆ ਸਹਾਫਤਾਂ ਦਿੰਦੇ ਨੀ ਗੇ। ਕਿਸਾਨ ਮਰਿਆ ਪਿਆ, ਆਮ ਬੰਦਾ ਉਦੋਂ ਮਰਿਆ ਪਿਆ। ਇਹਨਾਂ ਨੇ ਬੱਕਰੀਆਂ ਦਿੱਤੀਆਂ, ਬੱਕਰੀਆਂ ਥੋੜੀ ਜਿਹੀ ਵੇਖ ਲਓ, ਫਿਰ ਇਹਨਾਂ ਨੇ ਗਡੋਏ ਦਿੱਤੇ ਵਾਹ ਲੰਮੇ ਕਿ ਛੋਟੇ ਛੋਟੀ ਆ ਰੋਟੀ ਖੇਤੀ ਬੜੀ ਵਧੀਆ ਹੋਗੀ। ਕਿਸਾਨਾਂ ਨੇ ਅੱਧਾ ਨੇ ਤਾਂ ਰੋਟੀ ਛੱਡਤੀ, ਉਦੋਂ ਨੇ ਕਹਿੰਦੇ ਸਾਡੀ ਖੇਤੀ ਬੜੀ ਵਧੀਆ ਹੋਗੀ। ਵੇਖੋ ਬਾਅਦ ਚ ਇਹਨਾਂ ਨੇ ਪਾਈਆ ਪਾਈਆ ਦੇ ਗਿਆ ਠੰਡ ਦੇ ਵਿੱਚ ਆ ਕੇ, ਜਦੋਂ ਮੈਨੂੰ ਪਤਾ ਲੱਗਿਆ ਭੰਗ ਕਰ ਦੂੰਗਾ ਮੈਂ ਤੇ ਵੀਡੀਸੀ ਤੋਂ ਪੁੱਛ ਕੇ ਕੋਈ ਕੰਮ ਨੀ ਕਰਦਾ ਵੀ ਹਾਂ ਤਾਂ ਵੀਡੀਸੀ ਵਾਲੇ ਤੇ ਮੈਂ ਪਰਚਾ ਦੇ ਦੂੰਗਾ ਸਾਡੀ ਬੇਨਤੀ ਆ ਤੁਸੀਂ ਸੁਣੋ, ਉਲਟਾ ਕਹਿੰਦਾ ਮੈਂ ਪਰਚਾ ਕਰ ਦੂ, ਪਿੰਡ ਬਾਹਰ ਕਰ ਦੂ। ਵੀ ਮੈਂ ਇੱਕ ਬੇਨਤੀ ਕਰਦਾ ਜੋ ਵੀ ਆ ਸੰਸਥਾ ਦਾ ਮਾਲਕ ਆ ਪਹਿਲੇ ਇਹਨੂੰ ਬਾਹਰ ਕੱਢੇ, ਤੇ ਹੋਰ ਸੰਸਥਾ ਨੂੰ ਬੇਨਤੀ ਹੈ ਕਿ ਯਾਰ ਜੇ ਬੰਦਾ ਸੰਸਥਾ ਚ ਨਾ ਪਾਵੇ, ਕਿਉਂਕਿ ਮੇਰੀ ਬੇਨਤੀ ਵੀ ਆ ਤੇ ਜੇ ਕੋਈ ਨਾ ਮੰਨੂਗਾ ਤੇ ਮੇਰਾ ਵਾਅਦਾ ਵੀ ਆ, ਕਿਉਂਕਿ ਬਚਾ ਪੰਜਾਬ ਅਸੀਂ ਬਚਾਉਣਾ ਸਾਰੇ ਖੜੇ ਆ। ਕਿਤੇ ਇਹਨਾਂ ਗੱਲ ਹੋ ਜਾਏ ਮੈਨੂੰ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਣੇ ਪੈ ਜਾਣ, ਕਿਉਂਕਿ ਹੁਣ ਮੈਂ ਵੀ ਇੱਕਾ ਫਿਰਦਾ ਤਲੀ ਤੇ ਮੇਰੀ ਜਾਨ ਆ, ਕਿਉਂਕਿ ਪੰਜਾਬ ਸਾਡਾ ਬਹੁਤ ਬੇਕਾਰ ਕਰਤਾ ਇਹਨਾਂ ਨੇ। ਅਸੀਂ ਸਾਰੇ ਬਾਈ ਦੇ ਨਾਲ ਆ, ਜਿੱਥੇ ਵੀ ਲੋੜ ਪਈ ਅਸੀਂ ਨਾਲ ਆ। ਜੇ ਗੱਲ ਕਰਦੇ ਅਸੀਂ ਇਹਨਾਂ ਗੱਲ ਸਾਡੀ ਸੁਣਦੇ ਨੀ ਗੇ। ਉਸ ਤੋਂ ਬਾਅਦ ਇਹਨਾਂ ਨੇ ਦਵਾਈਆਂ ਦਾ ਹਿਸਾਬ ਤਾਂ ਪੁੱਛਿਆ ਜਾਵੇ, ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਹਿਸਾਬ ਤਾਂ ਦੱਸਿਆ ਜਾਵੇ ਦਵਾਈ ਦੀ ਟੈਬਲੇਟ 63 ਰੁਪਏ ਦੀ ਪਾਉਂਦਾ। ਹਾਂ ਤੇ ਉਹ ਜਿਹੜੀ ਚਿੱਚੜ ਮਾਰਨ ਵਾਲੀ ਦਵਾਈ ਜੀ ਹੁੰਦੀ ਆ ਉਹ 22 ਰੁਪਏ ਤਾਂ ਮੈਂ ਆਪ ਲਿਆਂਦੀ ਆ ਸਾਡੇ ਉਹ ਤੋਂ, ਤੇ ਉੱਤੇ ਕਹਿੰਦਾ ਸਾਡੀ ਮਹਿੰਗੀ ਬੜੀ ਹੈ। ਮੈਂ ਕੱਲ ਲਿਆਂਦੀ 22 ਰੁਪਏ ਉਹ ਜਿਹੜੀ ਆਪਾਂ ਲਾਜ ਦੀ ਟੈਕਨਾਲੋਜੀ ਆਪ ਹੀ ਤਿਆਰ ਕਰਦਾ, ਕੋਈ ਇਹ ਨਹੀਂ ਵੀ ਵਧੀਆ ਕੰਪਨੀ ਦੀ ਹੋਵੇ, ਕੋਈ ਬਾਬਾ ਦੀ ਹੋਵੇ, ਇਹ ਆਪ ਜਲਦੀ ਤਿਆਰ ਕਰਵਾ ਲੈਂਦਾ, ਆਪਦਾ ਹੀ ਮਾਰਕਾ ਲਾ ਕੇ ਬੰਦੇ ਨੂੰ ਕਿੱਥੋਂ ਤਿਆਰ ਕਰਵਾ ਲੈਂਦਾ ਇਹ ਚੀਜ਼ਾਂ। ਜੇ ਲਿਆਉਣੀ ਹੈ ਵੰਡਣੀ ਹੈ ਕੋਈ ਚਾਹੀਦੀ ਵਧੀਆ ਕੰਪਨੀ ਦੀ ਹੋਵੇ ਵੀ ਅਸੀਂ ਵੀ ਆਖੇ ਯਾਰ ਆਹ ਫ੍ਰਿਜ ਵਗੈਰਾ ਕਿਹ ਕੇ ਸਾਨੂੰ। ਜੇ ਇਹਨੂੰ ਗੱਲ ਕਹਿੰਦੀ ਇਹਨੂੰ ਕਿਹਾ ਵੀ ਬਾਈ ਜੇ ਤੂੰ ਖਾਣਾ ਹੀ ਆ ਵੀ 100 ਦੇ ਵਿੱਚੋਂ 10% ਖਾ ਲਾ, ਉਹ ਤਾਂ ਪੈਸਾ ਬਹੁਤ ਖਰਚਾ ਪਈ ਜੀ। ਮੇਰੀ ਗੱਲ ਸੁਣੋ, ਬੰਦਾ ਕਹਿੰਦਾ ਰੱਬੀ ਸੁਖ ਮੇਰੇ ਇਕੱਠੇ ਤੁਸੀਂ ਮੈਨੂੰ ਬੁਲਾਇਆ, ਮੈਨੂੰ ਬਹੁਤ ਵਧੀਆ ਰੱਖਿਆ, ਆਪਣਾ ਪੰਜਾਬ ਅੱਗੇ ਵਧੇ ਮੈਂ ਚਾਹੁੰਦਾ ਆਪਣਾ, ਕਿਉਂਕਿ ਜਿਹੜਾ ਜਵਾਨੀ ਕਿਸਾਨੀ ਬਹੁਤ ਮਾੜੀ ਹੋ ਚੁੱਕੀ ਆ, ਇਹਨਾਂ ਨੇ ਬਹੁਤ ਜ਼ਿਆਦਾ ਕਪੜੇਬਾਜ਼ੀ ਕੀਤੀ ਜੀ, ਬਹੁਤ ਜ਼ਿਆਦਾ ਪੈਸਾ ਖਾਂਦਾ, ਜੇ ਵੀ ਕੱਪੜਾ ਹੈ ਮੈਨੂੰ ਦੱਸ ਦੇ ਕਦਾ ਰਹੀ ਦੱਸ। ਦਵਾਈਆਂ ਦਾ ਜੀ ਮੈਂ ਅੱਖੀ ਵੇਖਿਆ ਤੇ ਉਹ ਸਾਬਤਾ ਮੈਂ ਲੈਣਾ ਹੀ ਲੈਣਾ, ਉਹ ਸਾਬਤਾ ਦਿੱਤਾ ਜਾਵੇ ਜਿਹੜਾ ਦਵਾਈਆਂ ਦਾ। ਇਹਨੇ ਦਵਾਈਆਂ ਦੇ ਹੁੰਦਾ ਜਾਂ 3 ਹਜ਼ਾਰ ਦਿਨ ਪਾ 50-60 ਹਜ਼ਾਰ ਦਿਨ ਦਿੰਦਾ, ਉਹ ਡੱਬਾ ਜਿਹਾ ਦਿੱਤਾ ਕਰ ਜਿਹੜਾ ਮੁਲੱਪਾਂ ਵਾਲੀ ਦਵਾਈ ਹੈ ਕਿਹੜੀ ਸ਼ੀਸ਼ੀ ਹੈ ਦੱਸੋ। ਐਟੀ ਸ਼ੀਸ਼ੀ ਨਾਲ ਤਾਂ ਬੰਦਾ ਨੀ ਮਾਰਦਾ, ਮੈਂ ਹੱਥ ਬਾਹਰ ਨਿਕਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।